ਸੋ ਪ੍ਰਭੂ ਦਾ ਧੰਨਵਾਦ ਕਰਦੇ ਹਾਂ ਤੁਹਾਡੇ ਸਭਨਾਂ ਦੇ ਵਾਸਤੇ ਜੋ ਤੁਸੀਂ ਆਪਣਾ ਕੀਮਤੀ ਸਮਾਂ ਕੱਢ ਕੇ ਪ੍ਰਭੂ ਦੇ ਘਰ ਦੇ ਵਿੱਚ ਆਏ ਹੋ ਔਰ ਸਾਡੇ ਛੋਟੇ ਜਿਹੇ ਸੱਦੇ ਨੂੰ ਕਬੂਲ ਕੀਤਾ ਔਰ ਜਿੰਨੇ ਵੀ ਪਾਸਟਰ ਸਾਹਿਬਾਨ ਆਏ ਉਹਨਾਂ ਸਾਰਿਆਂ ਦਾ ਵੈਲਕਮ ਆਖਦੇ ਹਾਂ ਔਰ ਸਾਡੇ ਇਸ ਚਰਚ ਦੇ ਵੱਲੋਂ ਪੂਰੀ ਟੀਮ ਦੇ ਵੱਲੋਂ ਬੜੇ ਜੀ ਆਇਆਂ ਨੂੰ ਆਖਦੇ ਹਾਂ ਉਹਨਾਂ ਨੇ ਆਪਣਾ ਕੀਮਤੀ ਸਮਾਂ ਕੱਢ ਕੇ ਇਸ ਜਗ੍ਹਾ 'ਤੇ ਆਏ ਆ ਔਰ ਹੋਰ ਵੀ ਬਹੁਤ ਸਾਰੇ ਅਜ਼ੀਜ਼ ਬਹੁਤ ਜਿਹੜੇ ਖੁਦਾ ਦੇ ਦਾਸਾਂ ਦੇ ਕਲੋਜ਼ ਆ ਉਹ ਵੀ ਮੈਂਬਰ ਜਿਹੜੇ ਇਸ ਜਗ੍ਹਾ 'ਤੇ ਆਏ ਆ ਅਸੀਂ ਉਹਨਾਂ ਸਭਨਾ ਦਾ ਬੜਾ ਜੀ ਆਇਆਂ ਆਖਦੇ ਹਾਂ ਉਹਨਾਂ ਨੇ ਆਪਣਾ ਸਮਾਂ ਕੱਢਿਆ ਸੋ ਇਬਾਦਤ ਨੂੰ ਅੱਗੇ ਲੈ ਕੇ ਚੱਲਦੇ ਹੋਏ ਕੁਛ ਗਵਾਹੀਆਂ ਆ ਅਸੀਂ ਇਸ ਜਗ੍ਹਾ 'ਤੇ ਸੁਣਾਂਗੇ ਸਾਡੇ ਵਿੱਚ ਰੇਖਾ ਦਿਆਲਪੁਰ ਤੋਂ ਅਗਰ ਆਏ ਆ ਤਾਂ ਮਿਹਰਬਾਨੀ ਕਰਕੇ ਅੱਗੇ ਆ ਸਕਦੇ ਆ ਵਿਸ਼ਾਲ ਦਿਆਲਪੁਰ ਤੋਂ ਔਰ ਗੀਤਾ ਦਿੱਲੀ ਤੋਂ ਹਾਲੇਲੂਯਾ ਹਾਲੇਲੂਯਾ ਸਾਰਿਆਂ ਨੂੰ ਜੈਮਸੀ ਦੀ ਮਿਸ਼ਨ ਦਾਸਾਂ ਨੂੰ ਵੀ ਜੈਮਸੀ ਦੀ ਪਰਮੇਸ਼ਰ ਦਾ ਬਹੁਤ ਜ਼ਿਆਦਾ ਧੰਨਵਾਦ ਕਰਦੇ ਹਾਂ ਕਿ ਪ੍ਰਭੂ ਨੇ ਅੱਜ ਸਾਰੇ ਲੋਕਾਂ ਦੇ ਨਾਲ ਨੂੰ ਮਿਲਾਇਆ ਬਹੁਤ ਸਾਰੇ ਲੋਕ ਤਾਂ ਚਾਹੇ ਮੈਨੂੰ ਜਾਣਦੇ ਆ ਕਿ ਮੈਂ ਇੱਥੋਂ ਹੀ ਹਾਂ ਅਤੇ ਹੁਣ ਮੇਰੀ ਮੈਰਿਜ ਨਡਾਲਾ ਵਿੱਚ ਹੋਈ ਹੈ ਅਤੇ ਬਹੁਤ ਸਾਰੇ ਲੋਕ ਨਹੀਂ ਵੀ ਜਾਣਦੇ ਮੈਂ ਇੱਥੋਂ ਦੀ ਕੁੜੀ ਹਾਂ ਅਤੇ ਪ੍ਰਭੂ ਦੇ ਵਿੱਚ ਆਇਆਂ ਨੂੰ ਸਾਨੂੰ 10-11 ਸਾਲ ਹੋ ਗਏ ਆ ਅਤੇ ਅਸੀਂ ਹਿੰਦੂ ਪਰਿਵਾਰ ਦੇ ਨਾਲ ਸੰਬੰਧ ਰੱਖਦੇ ਹਾਂ ਪਰਮੇਸ਼ਵਰ ਨੇ ਸਾਨੂੰ ਆਪਣੇ ਵਿੱਚ ਲੈ ਕੇ ਆਉਂਦਾ ਸਾਨੂੰ ਚੁਣਿਆ ਸੀ ਉਹਨੇ ਸਾਨੂੰ ਆਪਣੇ ਵਿੱਚ ਲੈ ਕੇ ਆਉਂਦਾ ਪ੍ਰਭੂ ਦਾ ਧੰਨਵਾਦ ਕਰਦੇ ਹਾਂ ਅਤੇ ਸਾਡੀ ਜ਼ਿੰਦਗੀ ਨੇ ਬਹੁਤ ਸਾਰੀਆਂ ਗਵਾਹੀਆਂ ਨੇ ਗਵਾਹੀਆਂ ਨੂੰ ਮੈਂ ਬਹੁਤ ਸਾਰੇ ਪਹਿਲਾਂ ਵੀ ਦੱਸਿਆ ਵਾ ਕਿ ਪ੍ਰਭੂ ਨੇ ਸਾਨੂੰ ਚੰਗਾ ਕੀਤਾ ਕਿਉਂਕਿ ਕਈ ਵੇਲੇ ਦੁੱਖ ਸਾਡੇ ਲਈ ਮੈਂ ਕਹਿੰਦੀ ਉਹ ਚੰਗਾ ਹੀ ਹੁੰਦਾ ਹੈ ਕਿ ਜਿਹੜਾ ਦੁੱਖ ਸਾਡੇ 'ਤੇ ਆਉਂਦਾ ਹੈ ਅਤੇ ਸਾਨੂੰ ਪ੍ਰਭੂ ਦੇ ਨਾਮ ਵਿੱਚ ਆਉਣ ਦੇ ਲਈ ਆਉਣਾ ਆ ਹੁੰਦਾ ਇਹੀ ਸਾਡੇ ਲਈ ਦੁੱਖ ਮੈਂ ਉਸ ਦੁੱਖ ਨੂੰ ਚੰਗਾ ਸਮਝਦੀ ਹਾਂ ਕਿ ਜਿਹੜਾ ਸਾਡੇ 'ਤੇ ਆਇਆ ਸੀ ਅਤੇ ਅਸੀਂ ਪਰਮੇਸ਼ਵਰ ਦੇ ਵਿੱਚ ਆਏ ਮੈਂ ਬਹੁਤ ਟਾਈਮ ਬਾਅਦ ਮਾਈਕ 'ਤੇ ਬੋਲਦੀ ਪਈ ਸੋਰੀ ਜੇ ਮੈਂ ਤੋਂ ਗਲਤੀ ਹੋ ਗਈ ਮੈਂ ਪਹਿਲਾਂ ਮਾਫ਼ੀ ਮੰਗ ਲੈਂਦੀ ਹਾਂ ਔਰ ਗਵਾਹੀ ਇਹ ਆ ਕਿ ਪਰਮੇਸ਼ਵਰ ਦੇ ਦਾਸਾਂ ਨੇ ਜਿੱਦਾਂ ਵੀ ਸਾਡੀ ਜ਼ਿੰਦਗੀ ਦੇ ਵਿੱਚ ਕਹਿੰਦੇ ਹੁੰਦੇ ਸੀਗੇ ਉੱਦਾਂ ਦਾ ਉੱਦਾਂ ਹੀ ਹੋਇਆ ਮੈਂ ਇੱਕ ਬਹੁਤ ਮਿਡਲ ਕਲਾਸ ਫੈਮਲੀ ਦੇ ਵਿੱਚੋਂ ਹਾਂ ਮੈਂ ਬਿਲੋਂਗ ਕਰਦੀ ਹਾਂ ਮਿਡਲ ਕਲਾਸ ਫੈਮਲੀ ਨੂੰ ਸਾਡੇ 'ਤੇ ਬਹੁਤ ਸਾਰੀਆਂ ਮੁਸ਼ਕਲਾਂ ਮੁਸੀਬਤਾਂ ਆਈਆਂ ਪਰ ਜਦੋਂ ਵੀ ਸਾਡੇ 'ਤੇ ਕੋਈ ਵੀ ਮੁਸ਼ਕਲ ਜਾਂ ਮੁਸੀਬਤ ਆਉਂਦੀ ਹੁੰਦੀ ਸੀ ਅਸੀਂ ਪ੍ਰਾਰਥਨਾ ਕਰਦੇ ਹੁੰਦੇ ਸੀ ਅਤੇ ਪਰਮੇਸ਼ਵਰ ਦੇ ਦਾਸਾਂ ਕੋਲ ਹੀ ਆਉਂਦੇ ਹੁੰਦੇ ਸੀ ਜਦੋਂ ਵੀ ਕੁਛ ਦੁੱਖ ਹੋਣਾ ਜਾਂ ਕੋਈ ਮੁਸੀਬਤ ਹੋਣੀ ਅਸੀਂ ਕਿਸੇ ਨੂੰ ਨਹੀਂ ਦੱਸਣਾ ਆਪਣੀ ਕੋਈ ਵੀ ਪ੍ਰੋਬਲਮ ਅਤੇ ਸਿੱਧਾ ਪਰਮੇਸ਼ਵਰ ਦੇ ਦਾਸਾਂ ਕੋਲ ਆਉਣਾ ਅੰਕਲ ਅੱਜ ਇੱਦਾਂ ਹੋ ਗਿਆ ਉਦਾਂ ਹੋ ਗਿਆ ਅੰਕਲ ਨੇ ਕਹਿਣਾ ਕੋਈ ਗੱਲ ਨਹੀਂ ਤੁਹਾਨੂੰ ਪਰਮੇਸ਼ਵਰ ਨੇ ਬਹੁਤ ਜ਼ਿਆਦਾ ਉੱਚਾ ਕਰਨਾ ਆ ਵਚਨ ਦੇ ਵਿੱਚ ਲਿਖਿਆ ਕਿ ਉਹ ਰੂੜੀਆਂ ਤੋਂ ਉਠਾ ਕੇ ਪਤਵੰਤਿਆਂ ਵਿੱਚ ਬਿਠਾਉਣ ਦੀ ਸ਼ਮਤਾ ਰੱਖਦਾ ਉਹ ਵਚਨ ਸਾਡੀ ਜ਼ਿੰਦਗੀ ਦੇ ਵਿੱਚ ਵਾਕਈ ਉਸੇ ਤਰ੍ਹਾਂ ਪੂਰਾ ਹੋਇਆ ਮੇਰੀ ਮੈਰਿਜ ਹੋਈ ਅਤੇ ਮੇਰੀ ਮੈਰਿਜ ਚਲੋ ਬਹੁਤ ਵਧੀਆ ਫੈਮਲੀ ਦੇ ਵਿੱਚ ਹੋਈ ਨੋਨ ਕ੍ਰਿਸਚਨ ਫੈਮਲੀ ਆ ਪਰ ਮੈਨੂੰ ਇਸ ਗੱਲ ਦਾ ਦੁੱਖ ਨਹੀਂ ਹੈ ਕਿ ਮੇਰੇ ਹਸਬੈਂਡ ਮੇਰੇ ਨਾਲ ਪੂਰਾ ਕਰਦੇ ਆ ਕਿ ਹਾਂ ਵੀ ਜੇ ਮੈਂ ਪ੍ਰਾਰਥਨਾ ਕਰਵਾਉਣੀ ਹੁੰਦੀ ਆ ਮੈਨੂੰ ਪ੍ਰਾਰਥਨਾ ਵੀ ਕਰਵਾਉਣ ਲਈ ਕਹਿੰਦੇ ਆ ਖੁਦ ਵੀ ਪ੍ਰਾਰਥਨਾ ਕਰਵਾਉਂਦੇ ਆ ਔਰ ਉਹਨਾਂ ਨੇ ਮੇਰੀ ਲਾਈਫ ਦੇ ਵਿੱਚ ਇੱਕ ਚੀਜ਼ ਪਰਖ ਕੇ ਦੇਖੀ ਮੇਰੇ ਹਸਬੈਂਡ ਨੇ ਕਾਫੀ ਵਾਰੀ ਕੈਨੇਡਾ ਦਾ ਜਿੱਦਾਂ ਅਪਲਾਈ ਕੀਤਾ ਸੀ ਉਹਨਾਂ ਦਾ ਬਣਦਾ ਨਹੀਂ ਹੁੰਦਾ ਸੀ ਅਤੇ ਲਾਸਟ ਟਾਈਮ ਜਦੋਂ ਉਦੋਂ ਮੈਨੂੰ ਪਰਮੇਸ਼ਵਰ ਨੇ ਬਰਕਤ ਦਿੱਤੀ ਹੋਈ ਸੀ ਮੈਂ ਪ੍ਰੈਗਨੈਂਟ ਸੀਗੀ ਉਸ ਸਿਚੁਏਸ਼ਨ ਦੇ ਵਿੱਚ ਇੱਦਾਂ ਦੇ ਹਾਲਾਤ ਹੋ ਗਏ ਸੀਗੇ ਕਿ ਮੈਂ ਜਾ ਵੀ ਨਹੀਂ ਸੀ ਸਕਦੀ ਪਰ ਮੇਰੇ ਹਸਬੈਂਡ ਨੇ ਕਿਹਾ ਕਿ ਇਸ ਵਾਰੀ ਅਗਰ ਮੈਂ ਲਾਉਣਾ ਆ ਕੈਨੇਡਾ ਤਾਂ ਇਹ ਤੇਰੇ ਦੇਖਣਾ ਕਿ ਤੇਰੀ ਕੀ ਕਿਸਮਤ ਆ ਮੈਂ ਦਿਲ ਵਿੱਚ ਪ੍ਰਾਰਥਨਾ ਕਰਨੀ ਕਿ ਪ੍ਰਭੂ ਤੂੰ ਮੈਨੂੰ ਸ਼ਰਮਿੰਦਾ ਨਾ ਹੋਣ ਦੇਵੀ ਇਸੇ ਤਰ੍ਹਾਂ ਹੀ ਹੋਇਆ ਜਦੋਂ ਇਹਨਾਂ ਨੇ ਅਪਲਾਈ ਕੀਤਾ ਮੈਨੂੰ ਕੁਛ ਨਹੀਂ ਪਤਾ ਸੀਗਾ ਕਿੱਦਾਂ ਕਿੱਦਾਂ ਸਾਰਾ ਕੁਛ ਹੋਣਾ ਆ ਅਤੇ ਅੰਕਲ ਤੋਂ ਅਸੀਂ ਪ੍ਰਾਰਥਨਾ ਕਰਵਾਉਂਦੇ ਰਹੇ ਜਿੱਦਾਂ ਵੀ ਅਸੀਂ ਫਾਈਲ ਲਾਈ ਜੋ ਵੀ ਕੀਤਾ ਸਾਰਾ ਕੁਛ ਦਾਸਾਂ ਦੇ ਕੋਲੋਂ ਪ੍ਰਾਰਥਨਾ ਕਰਵਾ ਕੇ ਕੀਤਾ ਅੰਕਲ ਨੇ ਕਹਿਣਾ ਕੋਈ ਗੱਲ ਨਹੀਂ ਤੁਹਾਡਾ ਲੱਗ ਜਾਣਾ ਤੁਹਾਨੂੰ ਪਤਾ ਵੀ ਨਹੀਂ ਲੱਗਣਾ ਇਹੀ ਗੱਲ ਹੋਈ ਜੂਨ ਦੇ ਵਿੱਚ ਸਟਾਰਟਿੰਗ ਦੇ ਵਿੱਚ ਹੀ ਸਾਡਾ ਵੀਜ਼ਾ ਲੱਗ ਗਿਆ ਕੈਨੇਡਾ ਦਾ ਔਰ 10 ਸਾਲ ਦਾ ਪਰਮੇਸ਼ਵਰ ਨੇ ਵੀਜ਼ਾ ਦਿੱਤਾ ਹਾਲੇਲੂਯਾ ਮੈਨੂੰ ਤਾਂ ਮੇਰੇ ਹਸਬੈਂਡ ਦਾ ਦੋਨਾਂ ਦਾ ਵੀਜ਼ਾ ਲੱਗਾ ਕੈਨੇਡਾ ਦਾ ਔਰ ਮੈਂ ਕਿਹਾ ਕੀ ਤੁਹਾਨੂੰ ਪਤਾ ਲੱਗ ਗਿਆ ਮੇਰੇ ਪਰਮੇਸ਼ਵਰ ਦੇ ਵਿੱਚ ਕਿੰਨੀ ਸ਼ਕਤੀ ਆ ਕਹਿੰਦੇ ਹਾਂ ਮੰਨ ਗਿਆ ਮੈਂ ਔਰ ਫਿਰ ਸੈਕਿੰਡ ਇੱਕ ਇਹ ਚੀਜ਼ ਸੀਗੀ ਕੁਛ ਸਿਚੁਏਸ਼ਨ ਇੱਦਾਂ ਦੀ ਸੀ ਕਿ ਮੈਂ ਪ੍ਰੈਗਨੈਂਟ ਸੀਗੀ ਔਰ ਮੈਂ ਟਰੈਵਲ ਵੀ ਨਹੀਂ ਕਰ ਸਕਦੀ ਸੀਗੀ ਫਿਰ ਇਹ ਕਹਿੰਦੇ ਕਿ ਮੈਂ ਤੈਨੂੰ ਛੱਡ ਕੇ ਵੀ ਨਹੀਂ ਜਾਣਾ ਚਾਹੁੰਦਾ ਮੈਂ ਚਾਹੁੰਦਾ ਹਾਂ ਕਿ ਤੂੰ ਨਾ ਜਾਵੇਂ ਫਿਰ ਅਸੀਂ ਅੰਕਲ ਕੋਲ ਆਏ ਮੈਂ ਕਿਹਾ ਅੰਕਲ ਕਿੱਦਾਂ ਹੋਊਗਾ ਅੰਕਲ ਕਹਿੰਦੇ ਤੁਹਾਨੂੰ ਪਰਮੇਸ਼ਵਰ ਨੇ ਇੱਦਾਂ ਹੀ ਲੈ ਕੇ ਜਾਣਾ ਆ ਔਰ ਤੁਹਾਡੇ ਬੇਬੀ ਨੇ ਉੱਥੇ ਜਾ ਕੇ ਬੋਰਨ ਹੋਣਾ ਆ ਔਰ ਇਸੇ ਤਰ੍ਹਾਂ ਹੋਇਆ ਜਦੋਂ ਅਸੀਂ ਘਰੋਂ ਤੁਰੇ ਪ੍ਰਾਰਥਨਾ ਕਰਵਾ ਕੇ ਜਿੱਦਾਂ ਜਿੱਦਾਂ ਅਸੀਂ ਗਏ ਹਾਂ ਕਿਸੇ ਨੂੰ ਵੀ ਇੱਕ ਇੰਨੇ ਤਰੀਕੇ ਦਾ ਵੀ ਪਤਾ ਨਹੀਂ ਲੱਗਾ ਕਿ ਮੈਂ ਪ੍ਰੈਗਨੈਂਟ ਹਾਂ ਪਰਮੇਸ਼ਵਰ ਨੇ ਸਭ ਦੀਆਂ ਅੱਖਾਂ ਬੰਦ ਕਰ ਦਿੱਤੀਆਂ ਜਦੋਂ ਅਸੀਂ ਉੱਥੇ ਪਹੁੰਚੇ ਜਾ ਕੇ ਫਿਰ ਵੀ ਮੈਨੂੰ ਡਰ ਸੀਗਾ ਵੀ ਕਿੱਦਾਂ ਹੋਊਗਾ ਮੈਨੂੰ ਕੁਛ ਵੀ ਨਹੀਂ ਪਤਾ ਕਿੱਦਾਂ ਪਰਮੇਸ਼ਵਰ ਨੇ ਉਸ ਜਗ੍ਹਾ 'ਤੇ
सारा कुछ किया, सब इंतजाम किए और आ बरकत दी मैं उत्थे। मैं प्रभु का प्रभु के दासा का बहुत ज्यादा धन्यवाद करती हूँ, क्योंकि जो असं इतने आते होंगे सी ते अंकल ने कहना तुम इतने नहीं रहना, तुम तो विदेश जाना है। शायद उदो ही असं मन में आमीन कह देना कि प्रभु साड़ी मर्जी नहीं बल्कि तेरी मर्जी साड़ी जिंदगी दे विच पूरी होवे। असी कुछ ज्यादा नहीं मांगते, जो भी तू साड़ी जिंदगी साडे लिए लिखिया ओ ही पूरा होवे। सानू कुछ भी नहीं पता कि असी कित्थे आ, किद्दां आ, किद्दां दे नहीं आ, तू सब कुछ जानदा आ। और परमेश्वर ने वाकई साड़ी जिंदगी विच अपने सारे वचनां नू पूरा किया। मैं परमेश्वर दा ते परमेश्वर दे दास दा बहुत ज्यादा धन्यवाद करती हाँ कि जिन्हां ने साडे लिए प्रार्थनावां कीतियां और सानू इस लाइक बनाया कि असी शायद इस लाइक इत्थे होके खड़े होइए जां विदेशां विच भी जाइए। कदे कोई मिडिल क्लास जां नॉर्मल परसन ये सोच भी नहीं सकदा कि मैं कैनेडा विच जाऊँगा जां किसी भी देश विच जाऊँगा, क्योंकि फाइनैंशली इन्ने कोई स्ट्रोंग नहीं हुंदा हैगा। पर प्रभु ने मेरी मैरिज हुई, चलो उत्थे सब कुछ वधिया दिता और फाइनैंशली भी स्ट्रोंग आ, सब कुछ वधिया आ, ते ओह ही सारे इंतजाम परमेश्वर ने आप किते। मैनूं एक चीज़ का भी नहीं पता, मेरे हसबेंड ने जो भी कुछ भी सिस्टर नाल आके दुआ करवानी अंकल को, मैनू कुछ भी नहीं पता लगन दिंदे हुंदे सीगे कि कहना तू रह दे इदां दी सिचुएशन विच आ टेंशन लऊगी। पर मैनू पता सीगा कि परमेश्वर सब कुछ करन दी क्षमता रखदा आ, ते इदां ही होया। परमेश्वर ने सब कुछ आप अपने हत्थां नाल कीता और दासां दीआं दुआवां दे नाल होया। सारिआं नूं जय मसीह, जय मसीह, हालेलुया। सारी भैण भरावां नूं जय मसीह की, सारे पास्टर नूं जय मसीह की। मैं विशाल दयालपुर तो ही ना, मेरे जीवन की गवाही है, बहुत सारी गवाही है वैसे तो। फर्स्ट ऑफ ऑल मैं दसूंगा अपने पापा के बारे, जो कि पिछले 3 साल तो बहुत बीमार रहते थे, कोई बहुत जगह से ट्रीटमेंट करवाया, दवाइयाँ कितने भी कुछ भी नहीं, हर जगह दिखाया उन्होंने, बाहरों दिखाया, उन्होंने जितने भी बोलिया दिखाया, उन्हें जेडे दी दवाई दे के इन्हों के ही मम्मी ने सानू पास्टर जी बारे दसिया। तो असी उसे दिन आप पापा को लैके आए, पापा को उठाया नहीं जा रहा, कुछ खा पी नहीं रहे थे। असी पहले दिन ही आए, पहले दिन प्रभु के दास जी ने प्रार्थना की, तो उस दिन तो पापा ने उठ के इतों उठ के खुद चले गए, हो तो खुद उठ के गए थे, नाले उसी दिन तो उन्होंने खाना पीना स्टार्ट कर दिता। तो अज की डेट से उन्होंने ट्रीटमेंट की भी उन्नी जरूरत नहीं हैगी, प्रभु का नाम लै रहे हैं, तो नाले बहुत चंगे भले आ, तो नाले अपना काम कार सब कुछ कर रहे हैं, पहला नालों बहुत बैटर है। तो होर भी एक गवाही है मेरे जीवन में, मेरे मामा जी की लड़की है नेहा है, वो भोपाल रही है, वो भी भोपाल तो इतने आए थे प्रभु के दास को, तो वह भी वो तो बहुत सालों तो बीमार से, उन्होंने उपर बहुत सारिया चीज़ा सगिया, असं कह सकते हैं कि 8-9 साल तो बीमार से, हर जगह मंदिर मस्जिद जो जिन्होंने जो भी दसिया हर जगह दिखाया, लेकिन हर एक डॉक्टर को ट्रीटमेंट करवाया, लेकिन कुछ फायदा नहीं होया। जब प्रभु के दास के कोल आए तो प्रभु यीशु मसीह के शरण में आते ही वो बहुत चंगी हो गई, तो अज की डेट में हर एक अज की कोई बीमारी नहीं है, कोई दवाई की जरूरत नहीं है, तो वो चंगे भली अपने जीवन में है, तो अपने परिवार में खुश है। आमीन, हालेलुया। मैं अपनी गवाही एक देना चाहूँगा, मेरी हायर स्टडीज वास्ते मेरी पहला डिग्री स्टक हो गई थी, वो भी मेरी डिग्री मिल गई, अज की डेट से मेरे को 3 इंटरनेशनल पब्लीकेशन है, डैट विल बी मेरे फ्यूचर वास्ते बहुत ही बेनिफिशियल है। सारे को जय मसीह की। सब तो वड्डी साडे जीवन दी गवाही है कि प्रभु ने आज तक सानू इस धरती ते जीवित रखा और जिंदा रखा, और ये परमेश्वर दी महिमा है कि असीं आज तक जीवित हां। और अज मैं परमेश्वर दे भवन च खड़ी होके अपने जीवन दी गवाही दे रही हां। मैं 2008 विच प्रभु यीशु मसीह नूं ग्रहण कीता और आज तक असीं प्रभु यीशु मसीह विच बने हुए हां, सदा जब तक जीवन दे साह आ असीं परमेश्वर दे अगे झुकांगे और बने रहांगे। गवाहियां तो बहुत सारियां, लेकिन सब तो जो मेरी खास अज मैं गवाही दे रही हां, असं भी जिदा सिस्टर गवाही दे गए कि असं बहुत हाई प्रोफेसनल नहीं, असं भी एक छोटी जी मिडिल क्लास तो ही हाँ, और असं कभी सोचा नहीं सी परमेश्वर सानू इन्ना उच्चा लैके जाएगा। मैं करतारपुर मेरे पेके आते, मैं मेरे सहुरे आ, लेकिन मैं ग्रेटर नोएडा दिल्ली तो इस वेले रही, मेरे हसबेंड उत्थे जॉब करते होंडा सिटी में, और मैं असं उ 2015 तो शिफ्ट हो गए थे, हसबेंड का मेरे 1998 ही उ असं उत्थे रेंदे 15 विच गए हैं, तो जाके असं 2018 विच मैं चाहती सी कि मेरे हसबेंड थोड़ा उन्होंने है तो थोड़ा होर अगे वधन और वह बाहर जान, विदेश जान और अगे जाके ज़्यादा करन, तरक्की खन, क्योंकि हर वाइफ इदा चाहती है। असं 2018 के कैनेडा लिए अप्लाई किया और सानू मैं पहला कल नहीं अप्लाई किया, मैं मेरे हसबेंड ही चाहते थे, लेकिन मैं चाहती सी
ਮੈਨੂੰ ਵੀਜ਼ਾ ਨਹੀਂ ਮਿਲਿਆ ਜਦੋਂ ਮੈਂ ਫਸਟ ਟਾਈਮ ਅਪਲਾਈ ਕੀਤਾ ਅਤੇ ਫਿਰ ਜਦੋਂ ਮੈਂ ਸੈਕਿੰਡ ਟਾਈਮ ਅਪਲਾਈ ਕੀਤਾ ਮੇਰੇ ਹਸਬੈਂਡ ਔਰ ਅਸੀਂ ਦੋਨਾਂ ਨੇ ਅਪਲਾਈ ਕੀਤਾ ਔਰ ਮੈਂ ਅੰਕਲ ਕੋ ਹਮੇਸ਼ਾ ਦੁਆਵਾਂ ਕਰਵਾਉਂਦੀ ਸੀ ਮੇਰੇ ਮੰਮੀ ਇੱਥੇ ਆਉਂਦੇ ਆ ਉਹਨਾਂ ਦੇ ਜ਼ਰੀਏ ਮੈਂ ਵੀ ਇੱਥੇ ਆਉਣਾ ਸ਼ੁਰੂ ਕੀਤਾ ਤੋ ਜਦੋਂ ਮੈਂ ਫਿਰ ਨਹੀਂ ਵੀਜ਼ਾ ਲੱਗਾ ਅਸੀਂ ਦੁਬਾਰਾ ਇੱਥੇ ਆਏ ਹਾਂ ਮੇਰੇ ਮੰਮੀ ਨੇ ਕਿਹਾ ਤੁਸੀਂ ਇੱਥੇ ਆਓ ਅੰਕਲ ਨੂੰ ਮੇਰੇ ਕੋਲ ਦੁਆ ਕਰਾਓ ਮੈਂ ਗ੍ਰੇਟਰ ਨੋਇਡਾ ਤੋਂ ਇੱਥੇ ਆਈ ਹਾਂ ਔਰ ਮੈਂ ਆਪਣੀ ਫਾਈਲ ਲੈ ਕੇ ਨਾਲ ਆਈ ਸਪੈਸ਼ਲ ਮੈਂ ਸਿਰਫ ਪ੍ਰਾਰਥਨਾ ਕਰਾਉਣ ਵਾਸਤੇ ਆਈ ਅੰਕਲ ਕੋਲੋਂ ਫੋਨ ਤੋਂ ਵੀ ਕਰਾ ਸਕਦੀ ਸੀ ਲੇਕਿਨ ਮੈਂ ਚਾਹੁੰਦੀ ਸੀ ਮੇਰੇ ਕੋਲ ਅੰਕਲ ਉਹਨਾਂ ਨੂੰ ਮਿਲਾਂ ਔਰ ਉੱਥੇ ਜਾਵਾਂ ਮੈਂ ਆ ਕੇ ਅੰਕਲ ਜੀ ਉਹਨਾਂ ਤੋਂ ਪ੍ਰੇਅਰ ਕਰਵਾਈ ਪ੍ਰਾਰਥਨਾ ਕਰਵਾਈ ਫਾਈਲ ਦੀ ਔਰ ਫਾਈਲ ਅਸੀਂ ਲਗਾਈ ਔਰ ਪਰਮੇਸ਼ਵਰ ਨੇ ਬੜੀ ਅਦਭੁਤ ਰੀਤੀ ਦੇ ਨਾਲ ਸਾਨੂੰ 10 ਸਾਲ ਦਾ ਵੀਜ਼ਾ ਦਿੱਤਾ ਮੇਰੇ ਹਸਬੈਂਡ ਔਰ ਮੈਨੂੰ ਵੀ ਦੋਨਾਂ ਨੂੰ ਵੀਜ਼ਾ ਲੱਗਾ ਅੰਕਲ ਦਾ ਮੈਂ ਇਸ ਲਈ ਵੀ ਬਹੁਤ ਧੰਨਵਾਦ ਕਰਦੀ ਹਾਂ ਕਿ ਉਹਨਾਂ ਨੇ ਮੇਰੇ ਲਈ ਬਹੁਤ ਦੁਆਵਾਂ ਕੀਤੀਆਂ ਜਦੋਂ ਵੀ ਅਸੀਂ ਦੁਖੀ ਪਰੇਸ਼ਾਨ ਕਦੇ ਵੀ ਹੁੰਦੇ ਹਾਂ ਮੈਂ ਅੰਕਲ ਕੋਲ ਹਮੇਸ਼ਾ ਦੁਆ ਕਰਵਾਉਂਦੀ ਹਾਂ ਉਸ ਤੋਂ ਬਾਅਦ ਅਸੀਂ ਮੈਂ ਕੈਨੇਡਾ ਗਈ ਫਿਰ ਮੈਂ ਆ ਗਈ ਔਰ ਮੇਰੇ ਹਸਬੈਂਡ ਕੈਨੇਡਾ ਬਿਲਕੁਲ ਨਹੀਂ ਜਾਣਾ ਚਾਹੁੰਦੇ ਸੀ ਉਹਨਾਂ ਦਾ ਕੋਈ ਇੰਟਰਸਟ ਨਹੀਂ ਸੀ ਕੈਨੇਡਾ ਜਾਣ ਦਾ ਵੀਜ਼ਾ ਲੱਗਣ ਤੋਂ ਬਾਅਦ ਵੀ ਉਹਨਾਂ ਦਾ 2 ਸਾਲ ਦਾ ਵੀਜ਼ਾ ਲੱਗਾ ਸੀ ਕਿਉਂਕਿ ਪਾਸਪੋਰਟ ਦੀ ਵੈਲਿਡਿਟੀ ਘੱਟ ਸੀ ਮੇਰਾ 10 ਸਾਲ ਦਾ ਲੱਗਾ ਸੀਗਾ ਔਰ ਮੇਰੇ ਬੱਚਿਆਂ ਦਾ ਨਹੀਂ ਲੱਗਾ ਸੀ ਦੋਨਾਂ ਹਸਬੈਂਡ ਭਾਈ ਦਾ ਸੀ ਤਾਂ ਮੈਂ ਜਾ ਕੇ ਵਾਪਸ ਆ ਗਈ ਮੇਰੇ ਹਸਬੈਂਡ ਜਾਣਾ ਨਹੀਂ ਚਾਹੁੰਦੇ ਸੀ ਜਦੋਂ ਮੈਂ ਵਾਪਸ ਆ ਕੇ ਆਈ ਉੱਧਰ ਵੀ ਮੈਨੂੰ ਪਰਮੇਸ਼ਵਰ ਦੇ ਲੋਕ ਮਿਲੇ ਬਹੁਤ ਵਧੀਆ ਉਹਨਾਂ ਨੇ ਮੇਰੇ ਨਾਲ ਪਿਆਰ ਕੀਤਾ ਮੈਂ ਚਰਚ ਜਾਣਾ ਸ਼ੁਰੂ ਕੀਤਾ ਉੱਥੇ ਵੀ ਮੈਂ ਜਾਂਦੀ ਸੀ ਮੈਨੂੰ ਕੰਟੀਨਿਊ ਉੱਥੇ ਵੀ ਸੰਗਤੀ ਕੀਤੀ ਉਹਨਾਂ ਨੇ ਇੰਨਾ ਪਿਆਰ ਦਿਖਾਇਆ ਕਿ ਜਦੋਂ ਮੈਂ ਇੰਡੀਆ ਆ ਗਈ ਮੈਨੂੰ ਟੈਨਸ਼ਨ ਮੈਂ ਸਾਰੇ ਕਹਿੰਦੇ ਸੀ ਤੁਸੀਂ ਵੀਜ਼ਾ ਲਗਾ ਲਿਆ ਤੁਹਾਡੇ ਬੱਚਿਆਂ ਦਾ ਕੀ ਹੋਊਗਾ ਇਹਨਾਂ ਦਾ ਵੀਜ਼ਾ ਨਹੀਂ ਲੱਗਣਾ ਤੋ ਮੈਂ ਉੱਥੇ ਉਹਨਾਂ ਨਾਲ ਆਪਣੇ ਦਾਸ ਉੱਥੇ ਜਿਹੜੇ ਦਾਸ ਸੀ ਉਹਨਾਂ ਨਾਲ ਗੱਲ ਕੀਤੀ ਕਹਿੰਦੇ ਕੋਈ ਗੱਲ ਨਹੀਂ ਸਿਸਟਰ ਤੁਸੀਂ ਜਾਓ ਅਸੀਂ ਜ਼ਰੂਰ ਕਰਾਂਗੇ ਉਹਨਾਂ ਨੇ ਮੈਨੂੰ ਕ੍ਰਿਸਮਿਸ 'ਤੇ ਮੇਰੇ ਬੱਚਿਆਂ ਨੂੰ ਪੇਪਰ ਪਾ ਦਿੱਤੇ ਪਿਛਲੇ ਸਾਲ 2019 ਦੇ ਵਿੱਚ ਅਤੇ 2018 'ਚ ਹੀ ਪਾ ਦਿੱਤੇ ਉਹਨਾਂ ਨੇ ਪੇਪਰ ਅਤੇ ਮੇਰੇ ਬੱਚਿਆਂ ਦਾ ਵੀ ਪਰਮੇਸ਼ਵਰ ਨੇ ਬਿਨਾਂ ਕਿਸੇ ਡੋਕ ਕੁਛ ਵੀ ਨਹੀਂ ਲੱਗਾ ਸਿਰਫ ਉਹਨਾਂ ਦੀ ਇੱਕ ਲੈਟਰ ਆਈ ਅਤੇ ਮੇਰੇ ਬੱਚਿਆਂ ਨੂੰ ਵੀ 10-10 ਸਾਲ ਦਾ ਵੀਜ਼ਾ ਮਿਲ ਗਿਆ ਪੂਰੀ ਫੈਮਿਲੀ ਨੂੰ ਸਾਨੂੰ ਵੀਜ਼ਾ ਮਿਲ ਗਿਆ ਲੇਕਿਨ ਸਾਨੂੰ ਪਤਾ ਨਹੀਂ ਪਰਮੇਸ਼ਵਰ ਨੇ ਕਿੱਦਾਂ ਇਹ ਕੰਮ ਕਰ ਦਿੱਤਾ ਕਿੱਦਾਂ ਕੀਤਾ ਸਾਨੂੰ ਕੁਛ ਵੀ ਨਹੀਂ ਪਤਾ ਜਿੱਦਾਂ ਸਿਸਟਰ ਨੇ ਦੱਸਿਆ ਅਸੀਂ ਸਾਰਾ ਭਰੋਸਾ ਪਰਮੇਸ਼ਵਰ 'ਤੇ ਰੱਖਿਆ ਸੀ ਕੋਈ ਅਸੀਂ ਜ਼ਿਆਦਾ ਨੱਠ ਭੱਜ ਨਹੀਂ ਕੀਤੀ ਕੁਛ ਵੀ ਨਹੀਂ ਸਾਨੂੰ ਪਤਾ ਹੀ ਨਹੀਂ ਪਰਮੇਸ਼ਵਰ ਨੇ ਕਿੱਦਾਂ ਰਾਸਤੇ ਖੋਲ੍ਹੇ ਕਿੱਦਾਂ ਆਪਣੇ ਲੋਕਾਂ ਨਾਲ ਮਿਲਾਇਆ ਅਤੇ ਕਿੱਦਾਂ ਸਾਨੂੰ ਬਰਕਤ ਮਿਲੀ ਆ ਅਤੇ ਹੁਣ ਇਸ ਵੇਲੇ ਮੇਰੇ ਹਸਬੈਂਡ ਕੈਨੇਡਾ ਵਿੱਚ ਆ ਲੇਕਿਨ ਉਹ ਜਾਣਾ ਨਹੀਂ ਚਾਹੁੰਦੇ ਸੀ ਵੀਜ਼ਾ ਲੱਗਣ ਤੋਂ ਬਾਅਦ ਵੀ ਉਹ ਬਿਲਕੁਲ ਵੀ ਇੰਟਰਸਟਿੰਗ ਨਹੀਂ ਸੀ ਜਾਣ ਵਿੱਚ ਮੈਂ ਅੰਕਲ ਉਹਨਾਂ ਨੂੰ ਫੋਨ ਕਰਨਾ ਫਿਰ ਮੈਂ ਅੰਕਲ ਉਹਨਾਂ ਕੋਲ ਉਹਨਾਂ ਨੂੰ ਲੈ ਕੇ ਆਈ ਮੈਂ ਕਿਹਾ ਅੰਕਲ ਇਹਨਾਂ ਨੂੰ ਸਮਝਾਓ ਇਹਨਾਂ ਲਈ ਪ੍ਰੇਅਰ ਕਰੋ ਮੰਨਦੇ ਨਹੀਂ ਹੈਗੇ ਜਾਣ ਨੂੰ ਅਤੇ ਅੰਕਲ ਨੇ ਉਹਨਾਂ ਨੂੰ ਪ੍ਰੇਅਰ ਕੀਤੀ ਉਹਨਾਂ ਵਾਸਤੇ ਉਹਨਾਂ ਨਾਲ ਗੱਲਬਾਤ ਕੀਤੀ ਅਤੇ ਉਹਨਾਂ ਦਾ ਪਰਮੇਸ਼ਵਰ ਨੇ ਮਨ ਬਦਲਿਆ ਅਤੇ ਉਹ ਉਹਨਾਂ ਜੂਨ ਦੇ ਵਿੱਚ 22 ਜੁਲਾਈ ਨੂੰ ਉਹ ਕੈਨੇਡਾ ਚਲੇ ਗਏ ਕੈਨੇਡਾ ਜਾਣ ਤੋਂ ਬਾਅਦ ਉਹਨਾਂ ਨੇ ਉੱਥੇ ਮਲਟੀਪਲ ਵੀਜ਼ਾ ਸੀਗਾ ਸਾਡਾ ਘੁੰਮਣ ਫਿਰਨ ਵਾਲਾ ਅਸੀਂ ਜਦੋਂ ਮੇਰੇ ਹਸਬੈਂਡ ਚਲੇ ਗਏ ਅਤੇ ਉੱਥੇ ਜਾ ਕੇ ਉਹਨਾਂ ਨੇ 3 ਮਹੀਨੇ ਤੋਂ ਬਾਅਦ ਜੋਬ ਲਈ ਅਪਲਾਈ ਕੀਤਾ ਅੰਕਲ ਨੇ ਕਿਹਾ ਪਰਮੇਸ਼ਵਰ ਨੇ ਤੈਨੂੰ ਬਹੁਤ ਉੱਚਾ ਲੈ ਕੇ ਜਾਣਾ ਤੂੰ ਅਪਲਾਈ ਕਰ ਜੋਬ ਵਾਸਤੇ ਕਹਿੰਦਾ ਨਹੀਂ ਅੰਕਲ ਮੈਂ ਇੱਦਾਂ ਹੀ ਠੀਕ ਹਾਂ ਮੈਂ ਇੰਡੀਆ ਵਾਪਸ ਆਉਣਾ ਮੈਂ ਠੀਕ ਅੰਕਲ ਕਹਿੰਦੇ ਨਹੀਂ ਤੂੰ ਜੋਬ ਲਈ ਅਪਲਾਈ ਕਰ ਤੈਨੂੰ ਪਰਮੇਸ਼ਵਰ ਨੇ ਬਹੁਤ ਜ਼ਿਆਦਾ ਬਰਕਤ ਦੇਣੀ ਆ ਅਤੇ ਉਹਨਾਂ ਨੇ ਜੋਬ ਵਾਸਤੇ ਅਪਲਾਈ ਕੀਤਾ ਇੰਟਰਵਿਊ ਦਿੱਤੀ ਫਸਟ ਟਾਈਮ ਇੰਟਰਵਿਊ 'ਚੋਂ ਨਹੀਂ ਕਲੀਅਰ ਹੋਈ 15 ਦਿਨਾਂ ਬਾਅਦ ਫਿਰ ਉਹਨਾਂ ਨੇ ਇੰਟਰਵਿਊ ਦਿੱਤੀ ਆ 12 ਦਸੰਬਰ ਨੂੰ ਅਤੇ ਪਰਮੇਸ਼ਵਰ ਨੇ ਉਹਨਾਂ ਨੂੰ 2 ਸਾਲ ਦਾ ਵਰਕ ਪਰਮਿਟ ਦਾ ਵੀਜ਼ਾ ਦਿੱਤਾ ਔਰ ਬਹੁਤ ਅੱਛੀ ਜੋਬ ਦਿੱਤੀ ਹਾਲੇਲੂਯਾ ਇਸ ਸਮੇਂ ਉਹ ਕੈਨੇਡਾ ਵਿੱਚ ਔਰ ਜੋਬ 'ਤੇ ਲੱਗੇ ਹੋਏ ਆ ਔਰ ਅਸੀਂ ਵੀ ਜਦੋਂ ਮਰਜ਼ੀ ਜਾ ਸਕਦੇ ਹਾਂ ਬਾਕੀ ਜਦੋਂ ਪਰਮੇਸ਼ਵਰ ਦੀ ਮਰਜ਼ੀ ਲੇਕਿਨ ਪਰਮੇਸ਼ਵਰ ਦੇ ਦਾਸਾਂ ਨੇ ਸਾਡੇ ਲਈ ਬਹੁਤ ਮਿਹਨਤ ਕੀਤੀ ਆ ਇਸ ਕਰਕੇ ਮੈਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਾਂਗਾ ਸਾਰੇ ਭੈਣ ਹਾਲੇਲੂਯਾ ਸਾਡੇ ਵਿੱਚ ਪਾਸਟਰ ਗੁਰਚਰਨ ਜੀ ਆ ਇਹਨਾਂ ਦੁਆਈਆਂ ਦੇ ਵਾਸਤੇ ਸੁਣਨ ਮਿਲ ਕੇ ਪ੍ਰਾਰਥਨਾ ਕਰਾਂਗੇ ਸਾਰਾ ਇੱਜ਼ਤ ਸਾਰਾ ਜਲਾਲ ਸਾਰੀ ਮਹਿਮਾ ਤੁਹਾਡੇ ਨਾਲ ਮਿਲੇ ਕਿਉਂਕਿ ਇਹ ਥੱਕੇ ਹੋਏ ਭਾਰਤ ਤੋਂ ਬਿਲਕੁਲ ਮੇਰੇ ਕੋਲ ਚੱਲ ਕੇ ਮੈਂ ਤੈਨੂੰ ਆਰਾਮ ਦਿਆਂਗਾ ਤੁਹਾਡੇ ਅਸੀਂ ਸਭ ਚਰਨਾ ਚਾਹੇ ਹਾਂ ਉਹ ਤੈਨੂੰ ਹੀ ਯਸੂ ਜੀ ਦੇ ਨਾਂ 'ਚ ਮੱਥਾ ਟੇਕਦੇ ਹਾਂ ਤੂੰ ਮਹਾਨ ਪਰਮੇਸ਼ਰ ਆ ਸਾਰਾ ਇੱਜ਼ਤ ਸਾਰਾ ਜਲਾਲ ਸਾਰੀ ਮਹਿਮਾ ਤੁਹਾਡੇ ਨਾਲ ਮਿਲੇ ਬੜੀ ਕਿਰਪਾ ਕਰੋ ਸਭ ਦਾ ਭਲਾ ਕਰੋ ਯਸੂ ਜੀ ਦਾ ਨਾਂ ਲੈ ਕੇ ਮੰਗਦੇ ਹਾਂ ਆਮੀਨ ਹਾਲੇਲੂਯਾ ਹਾਲੇਲੂਯਾ ਸੋ ਮੈਂ ਗੱਲ ਕਰਨੀ ਚਾਹੁੰਦਾ ਮੇਰਾ ਪਿੰਡ ਬਹਿਰਾਮ ਆ ਕਰਚੰਦ ਸਿੰਘ ਮੇਰਾ ਨਾਂ ਆ ਅਤੇ ਮਾਸਟਰ ਜੀ ਨਾਲ ਜ਼ਿਆਦਾ ਸਾਡਾ ਮਿਲਾਪ ਡਵਈ ਦੇ ਵਿੱਚ ਹੀ ਹੋਇਆ ਜੈਮਸੀ ਜੀ ਜੈਮਸੀ ਦੀ ਵਣ ਦੇ ਵਿੱਚ ਲਿਖਿਆ ਬਲਦਾ ਆਪਣੇ ਮਾਲਕ ਨੂੰ ਅਤੇ ਖੋਤਾ ਆਪਣੇ ਸਾਈਂ ਦੀ ਖੁਰਲੀ ਨੂੰ ਜਾਣਦਾ ਜੇ ਸੰਸਾਰ ਨੂੰ ਮੈਂ ਰਚਿਆ ਨਾ ਉਹ ਜਾਣਦਾ ਹੀ ਨਹੀਂ ਅੱਜ 35 ਕੋਸਟਲ ਮਸੀਹੀ ਕਲੀਸਿਆ ਜਿਹੜੇ ਆਪਾਂ ਕ੍ਰਿਸਮਿਸ ਮਨਾਉਂਦੇ ਹਾਂ ਪੰਜਾਬ ਦੇ ਵਿੱਚ ਇਹਦਾ ਨਾ ਜਿਹੜਾ ਪੱਧਰ ਉਹ ਥੱਲੇ ਜਾ ਰਿਹਾ ਮਤਲਬ ਬਹੁਤ ਲੋਕ ਮਨਾਉਣਾ ਛੱਡ ਰਹੇ ਆ ਪਰ ਮੈਂ ਇੱਕੋ ਬੇਨਤੀ ਕਰਦਾ ਮੈਂ ਕੋਈ ਪ੍ਰਚਾਰ ਨਹੀਂ ਕਰਦਾ ਠੀਕ ਹੈ ਕਿਉਂਕਿ ਮੈਨੂੰ ਘੰਟਿਆਂ ਬੱਧੀ ਪ੍ਰਚਾਰ ਕਰਨਾ ਪੈਂਦਾ ਰੋਜ਼ ਠੀਕ ਹੈ ਮੈਂ ਹਰ ਥਾਂ ਇਹ ਆਪਣੇ ਲੋਕਾਂ ਨੂੰ ਪੱਕਿਆਂ ਕਰਦਾ
क्रिसमस मनाओ क्योंकि एक गाय है ना वो 30-35 लीटर दूध दिंदी है 25-30 लीटर भी दूध दिंदी है 20-25 भी दिंदी है ठीक है जी वो बड़ी बेसमझ आप गिणते जानवर पर परमेश्वर इंसान को की कहता वो ना भी बेसमझ है असी बाइबल की सिक्ख्या लैके ना होर किते लभदे ज्यादा ज्ञान ते ज्यादा सिक्ख्या दे विच विच असी पिता पुत्र पवित्र आत्मा की तलीम नू छड्डी जांदे आ ते बेड़ा साडा गर्क होई जांदा साडी कौम दा इस करके पिता पुत्र पवित्र आत्मा की तलीम विच 35 कोस्टल दे विच बने रहो अपनी क्रिसमस मनाओ नहीं तो तुहानू बड़े शैतान जाल दे विच पा के बर्बाद करना चाहुंदा ते इस चीज़ नू तुसीं छड्ड के इधर उधर हो जाओ ते दोहरी वारी तुहानू बपतिस्मे देने चाहुंदा शैतान ठीक है ते नवी सिक्ख्या बहुत ज़्यादा सिक्ख्या के चक्कर जिहड़ा पैंदा उह कमला हो जाता इस करके गाय नू कितनी की सिक्ख्या हुंदी है दुध दिंदी है वी उहदे नाल तां आपां वधिया ही है ना इस करके इसे बाइबल दी तलीम उत्ते टिके रहो हालेलुया सारे जन्म